ਲੋਕ ਸਭਾ ਆਨੰਦਪੁਰ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਅਕਾਲੀ ਦਲ ਵੱਲੋਂ ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਵਿੱਚ ਰੈਲੀ ਕੀਤੀ ਗਈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਦਲਜੀਤ ਸਿੰਘ ਚੀਮਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਬੋਧਨ ਕੀਤੇ, ਜਿਸ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਦੇ 2 ਸਾਲ ਦੀ ਕਾਰਗੁਜ਼ਾਰੀ 'ਤੇ ਵਿਅੰਗਸੇ। ਇਸ ਮੌਕੇ ਜ਼ਿਆਦਾਤਰ ਅਕਾਲੀ ਦਲ ਯੂਥ ਅਤੇ ਅਕਾਲੀ ਵਰਕਰਾਂ ਦਾ ਬੋਲਬਾਲਾ ਰਿਹਾ। ਭਾਜਪਾ ਵਰਕਰਾਂ ਦੀ ਕੋਈ ਪੁੱਛ ਨਹੀਂ ਹੋਈ। ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰੈਲੀ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਜ਼ਿਆਦਾਤਰ ਲੋਕ ਆਪਣੀਆਂ ਕੁਰਸੀਆਂ ਤੋਂ ਉੱਠਣਾ ਸ਼ੁਰੂ ਹੋ ਗਏ। ਪਾਰਟੀ ਪ੍ਰਧਾਨ ਵੱਲੋਂ ਕੀਤੀ ਜਾ ਰਹੀ ਭਾਸ਼ਣ ਨੂੰ ਸੁਣ ਕੇ ਜ਼ਿਆਦਾਤਰ ਹਾਸੋਹੀਨ ਹੋ ਰਹੇ ਸਨ। ਦੇਸ਼ ਪ੍ਰਧਾਨ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵਿੱਚ ਪੂਰੀ ਬਗਾਵਤ ਹੈ ਯਾਰ, ਮੇਰੇ ਮੂੰਹ ਪਰ ਕਿਉਂ ਗੇਰਤੇ? ਜਿਹੜੀ ਫੌਜ ਦੇ ਜਰਨੈਲ ਲੜਨ ਲੱਗ ਜਾਣ ਇੱਕ ਦੂਜੇ ਨਾਲ, ਉਹ ਫੌਜ ਕਿੱਥੇ ਜੜੂ? ਕਿਉਂਕਿ ਉਹ ਸੱਤੇ ਦੇ ਆਪਣੇ ਪਾਵਰ ਇੰਨੇ ਹੰਗਰੀ ਹੋਏ ਬੈਠੇ ਆ, ਉਹਨਾਂ ਦੇ ਦਿਮਾਗ 'ਚ ਇੰਨੀ ਸਰਕਾਰ ਵੜ ਗਈ ਹੈ, ਉਹ ਸੋਚਦੇ ਆ ਕਿ ਅਸੀਂ ਕਿਵੇਂ ਮਰਜ਼ੀ ਅਸੀਂ ਜਿੱਤਣਾ ਹੈ। ਅੱਜ ਤਾਂ ਖੇਰੂ ਖੇਰੂ ਹੋ ਰਿਹਾ ਤੇ ਮੈਂ ਕਹਿੰਦਾ ਅੱਜ ਪੰਜਾਬ ਦੀ ਜਨਤਾ ਨੂੰ ਸੋਚਣ ਦੀ ਲੋੜ ਹੈ। ਇਹ ਜੇ ਲੋਕ ਜਿਹੜੇ ਇੱਕ ਦੂਜੇ ਨੂੰ ਲੜੀ ਜਾਂਦੇ ਆ ਕਿ ਉਹ ਅਗਵਾਈ ਕਰ ਸਕਦੇ ਆ? ਦਲਤਾਂ ਨੂੰ ਨਕਾਰਨ ਦੀ ਗੱਲ ਕਹੀ ਆ ਕਾਂਗਰਸ ਦੇ ਆਪਣੇ ਲੀਡਰਾਂ ਨੇ ਕਹੀ ਆ ਵੀ ਦਲਤਾਂ ਨੂੰ, ਮੈਂ ਉਹੀ ਕਹਿ ਰਿਹਾ ਇਹਨਾਂ ਨੇ ਸਕਾਲਰਸ਼ਿਪ ਬੰਦ ਕਰਤੀ, ਸਾਰੇ ਦਲਿਤ ਭਰਾਵਾਂ ਦੀ ਸਾਰੀਆਂ ਸਕੀਮਾਂ ਸਹੂਲਤਾਂ ਇਹਨਾਂ ਨੇ ਬੰਦ ਕਰਤੀ। ਲੁਧਿਆਣੇ ਤੋਂ ਵਿਕਰਮਜੀਤ ਮਜੀਠੀਆ ਨੂੰ ਟਿਕਟ ਦਊਗੀ ਪਾਰਟੀ? ਲੁਧਿਆਣੇ ਤੋਂ ਵਿਕਰਮਜੀਤ ਮਜੀਠੀਆ ਨੂੰ ਪਾਰਟੀ ਦਊਗੀ ਜੀ ਟਿਕਟ? ਲੁਧਿਆਣੇ ਤੋਂ ਵਿਕਰਮਜੀਤ ਮਜੀਠੀਆ ਨੂੰ ਪਾਰਟੀ ਟਿਕਟ ਦੇ ਰਹੀ ਆ ਸੁਖਬੀਰ ਜੀ?